ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਅਪਡੇਟ ਪੀ ਐੱਸ ਟੈਟ 2024 ਦੇ ਸੰਬੰਧ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਪੇਪਰ ਦੀ ਤਰੀਕ, ਨੋਟੀਫਿਕੇਸ਼ਨ ਜਾਰੀ, ਇੰਤਜ਼ਾਰ ਦੀ ਘੜੀ ਹੋਈ ਖਤਮ, ਕਦੋਂ ਹੋਵੇਗਾ ਪੇਪਰ ਅਤੇ ਜੋ ਨਵਾਂ ਨੋਟੀਫਿਕੇਸ਼ਨ ਆਏਗਾ ਉਸ ਦਾ ਕੀ ਅਪਡੇਟ ਹੈ, ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਤਾਂ ਹੁਣ ਤੁਹਾਨੂੰ ਇੱਕ ਵਾਰ ਆਪਾਂ ਉਸ ਨੋਟੀਫਿਕੇਸ਼ਨ ਦੇ ਉੱਪਰ ਲੈ ਕੇ ਚੱਲਦੇ ਹਾਂ। ਉਸ ਤੋਂ ਬਾਅਦ ਆਪਾਂ ਇਹ ਵੀ ਵੈਰੀਫਾਈ ਕਰਾਂਗੇ ਕਿ ਨੋਟੀਫਿਕੇਸ਼ਨ ਫੇਕ ਹੈ ਜਾਂ ਫਿਰ ਰੀਅਲ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਇਹ ਵੀ ਕਮੈਂਟ ਆ ਰਿਹਾ ਗਰੁੱਪ ਦੇ ਵਿੱਚ ਕਿ ਨੋਟੀਫਿਕੇਸ਼ਨ ਫੇਕ ਹੈ, ਗਲਤ ਵੀਡੀਓ ਬਣਾ ਰਹੇ ਹੋ। ਤਾਂ ਆਪਾਂ ਉਹ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਤਾਂ ਦੋਸਤੋ, ਸਭ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਦੇਖੋ। ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਵੱਲੋਂ ਪਬਲਿਕ ਨੋਟਿਸ 16/2/2024 ਨੂੰ ਜਾਰੀ ਕੀਤਾ ਗਿਆ ਸੀ ਰਿਗਾਰਡਿੰਗ ਟੈਂਟੇਟਿਵ ਡੇਟਸ ਫੋਰ ਕੰਡਕਟ ਆਫ ਇਗਜ਼ਾਮ। ਅਪਰੋਕਤ ਵਿਸ਼ੇ ਅਧੀਨ ਲਿਖਿਆ ਜਾਂਦਾ ਹੈ ਕਿ ਹੇਠ ਲਿਖੀਆਂ ਮਿਤੀਆਂ ਅਨੁਸਾਰ ਵੱਖ ਵੱਖ ਪ੍ਰੀਖਿਆਵਾਂ ਦਫ਼ਤਰ SCERTC ਵੱਲੋਂ ਲਈਆਂ ਜਾਣਗੀਆਂ। ਔਰ ਇਸ 'ਤੇ ਪ੍ਰੀਖਿਆ ਦਾ ਨਾਮ ਆਪਾਂ ਦੇਖ ਸਕਦੇ ਹਾਂ, ਜੋ ਕਿ ਸਭ ਤੋਂ ਪਹਿਲਾਂ ਜੁਆਇਨ ਨੈਸ਼ਨਲ ਮੀਨਸ ਕਮ ਮੈਰਿਟ ਸਕੋਲਰਸ਼ਿਪ, ਜੋ ਕਿ 31 ਮਾਰਚ ਨੂੰ ਹੋਵੇਗੀ। ਔਰ ਅਗਲੀ ਪ੍ਰੀਖਿਆ ਹੈ ਮੈਰੀਟੋਰੀਅਸ ਐਂਡ ਸਕੂਲ ਆਫ ਐਮੀਨਸ ਇਗਜ਼ਾਮ, 30 ਮਾਰਚ ਨੂੰ ਲਿਆ ਜਾਵੇਗਾ 9ਵੀਂ ਕਲਾਸ ਦੇ ਲਈ। ਮੈਰੀਟੋਰੀਅਸ ਐਂਡ ਸਕੂਲ ਆਫ ਐਮੀਨਸ ਇਗਜ਼ਾਮ ਇਹ ਲਿਆ ਜਾਏਗਾ ਜੀ 17 ਮਾਰਚ 2024 ਦੇ ਵਿੱਚ। ਇਸ ਤੋਂ ਬਾਅਦ ਆਉਂਦਾ ਜੀ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ, ਯਾਨੀ ਕਿ PSTET 2024। ਇਹ ਇਗਜ਼ਾਮ ਦੀ ਆਪਾਂ ਨੂੰ ਜੋ ਤਰੀਕ ਮਿਲੀ ਹੈ ਇਹ ਤਰੀਕ 26/5/2024 ਮਿਲੀ ਹੈ, ਯਾਨੀ ਕਿ ਜੋ ਆਪਣਾ PSTET ਹੈ ਉਹ ਦੱਸਿਆ ਗਿਆ ਕਿ 26/5/2024 ਨੂੰ ਲਿਆ ਜਾਵੇਗਾ। ਹੁਣ ਨੀਚੇ ਇੱਕ ਹੋਰ ਨੋਟਿਸ ਦਿੱਤਾ ਗਿਆ, ਉਕਤ ਦਰਸਾਈਆਂ ਪ੍ਰੀਖਿਆ ਦੀ ਮਿਤੀਆਂ ਵਿੱਚ ਜੇਕਰ ਕੋਈ ਵੀ ਤਬਦੀਲੀ ਆਉਂਦੀ ਹੈ ਤਾਂ ਉਸ ਸੰਬੰਧੀ ਵਿਭਾਗ ਦੀ ਵੈਬਸਾਈਟ 'ਤੇ ਸਮੇਂ ਸਮੇਂ 'ਤੇ ਅਪਡੇਟ ਜਾਰੀ ਕੀਤਾ ਜਾਏਗਾ, ਜਿਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਇਹ ਨੋਟੀਫਿਕੇਸ਼ਨ ਸੱਚ ਹੈ ਜਾਂ ਫਿਰ ਝੂਠ ਹੈ, ਔਰ ਇਸ ਤੋਂ ਬਾਅਦ ਆਪਾਂ ਦੱਸਾਂਗੇ ਕਿ ਅਸਲ ਕਦੋਂ ਤੱਕ ਆਪਣਾ PSTET ਹੋਵੇਗਾ। ਤਾਂ ਇਸ ਦੇ ਲਈ ਤੁਸੀਂ ਆ ਜਾਣਾ ਜੀ SSA ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਹੈ, ਜੋ ਇਸ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕਰ ਦੇਵਾਂਗੇ, ਤਾਂ ਕਿ ਜਿੰਨੇ ਵੀ ਸਾਥੀ ਜਿਹੜੇ ਕਨਫਿਊਜ਼ ਹੈ ਨੋਟੀਫਿਕੇਸ਼ਨ ਨੂੰ ਲੈ ਕੇ ਉਹ ਇਸ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਆ। ਇੱਥੇ ਤੁਹਾਨੂੰ ਦੇਖ ਜਾਏਗਾ ਟੈਂਟੇਟਿਵ ਡੇਟਸ ਫੋਰ ਕੰਡਕਟ ਆਫ ਇਗਜ਼ਾਮ, ਇਸ ਲਿੰਕ 'ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਸ਼ੋ ਹੋ ਜਾਵੇਗਾ, ਯਾਨੀ ਕਿ ਜੋ ਨੋਟੀਫਿਕੇਸ਼ਨ ਵੈਬਸਾਈਟ ਉੱਪਰ ਅਪਲੋਡ ਕੀਤਾ ਗਿਆ ਉਹ ਕਦੇ ਵੀ ਫੇਕ ਨਹੀਂ ਹੁੰਦਾ ਗਾ, ਉਹ ਸੱਚ ਹੁੰਦਾ ਗਾ। ਇਸ ਕਰਕੇ ਨੋਟੀਫਿਕੇਸ਼ਨ ਬਿਲਕੁਲ ਸਹੀ ਹੈ, ਬਟ ਜੋ ਹੁਣ ਦੱਸਿਆ ਗਿਆ PSTET 2024 ਦੇ ਸੰਬੰਧ ਵਿੱਚ ਉਹ ਇੱਕ ਆਈਡੀਆ ਦੱਸਿਆ ਗਿਆ ਕਿ 26/5/2024 ਦੇ ਕਰੀਬ ਲਿਆ ਜਾ ਸਕਦਾ, ਹੋ ਸਕਦਾ 4 ਦਿਨ ਪਹਿਲਾਂ ਲਿਆ ਜੇ, ਹੋ ਸਕਦਾ ਕੁਝ ਦਿਨ ਇਸ ਤਰੀਕ ਤੋਂ ਬਾਅਦ ਵੀ ਲਿਆ ਜਾ ਸਕਦਾ, ਔਰ ਇਹ ਵੀ ਹੋ ਸਕਦਾ ਕਿ 26 ਤਰੀਕ ਤੋਂ ਫਾਰਮ ਫਿਲ ਹੋਣੇ ਸਟਾਰਟ ਹੋਣ। ਇਸ ਕਰਕੇ ਜਿੰਨੇ ਵੀ ਸਾਥੀ ਜਿਨ੍ਹਾਂ ਨੇ ATT ਪਾਸ ਕੀਤੀ ਹੈ ਜਾਂ ਫਿਰ ਬੀਟ ਪਾਸ ਕੀਤੀ ਹੋਈ ਹੈ ਆਪਣੀ ਤਿਆਰੀ ਸ਼ੁਰੂ ਕਰ ਦਿਓ। ਸਿਲੇਬਸ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰ ਦੇਵਾਂਗੇ, ਤਾਂ ਕਿ ਜਦੋਂ ਵੀ ਫਾਈਨਲ ਇਗਜ਼ਾਮ ਡੇਟ ਆਏਗੀ ਤੁਸੀਂ ਅਪਲਾਈ ਕਰ ਸਕੋਗੇ, ਅਤੇ ਜਦੋਂ ਇਗਜ਼ਾਮ
ਆਏਗਾ, ਤੁਸੀਂ ਐਡਮਿਟ ਕਾਰਡ ਲੈ ਕੇ ਆਪਣੇ ਐਗਜ਼ਾਮ ਦੇ ਸਕੋਗੇ। ਤਾਂ ਇਸ ਕਰਕੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ, ਤਾਂ ਕਿ ਸਮੇਂ ਸਮੇਂ 'ਤੇ ਜੋ ਵੀ ਅਪਡੇਟ ਰਹੇਗੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਤਾਂ ਇਹ ਸੀ ਅੱਜ ਦੀ ਅਪਡੇਟ, ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।